ਕਦੀ ਕੂੜੇ ਦੇ ਢੇਰ ਨੂੰ ਹਟਾਉਣ ਵਾਸਤੇ ਉੱਥੇ ਡੀਜੇ ਲਾ ਕੇ ਡਾਂਸ ਕਰਨ ਵਾਲੇ ਤੇ ਕਦੀ ਬੁੱਢੇ ਨਾਲੇ ਦੀ ਸਮੱਸਿਆ ਦੇ ਹੱਲ ਵਾਸਤੇ ਬੁੱਢੇ ਨਾਲੇ ਤੇ ਮਹੰਤਾਂ ਨੂੰ ਨਚਾਉਣ ਵਾਲੇ ਟਿੱਟੂ ਬਾਣੀਆ ਅੱਜ ਇੱਕ ਵਾਰੀ ਫਿਰ ਢੋਲ ਦੀ ਥਾਪ ਦੇ ਉੱਤੇ ਟੈਂਪੂ ਦੇ ਸਵਾਰ ਹੋ ਕੇ ਮੁੱਲਾਪੁਰ ਦਾਖਾ ਦੀ ਸੜਕਾਂ ਤੇ ਉਤਰੇ ਨੇ। ਕਾਰਨ ਕੀ ਹੈ ਮੁੱਲਾਪੁਰ ਦਾਖਾ ਦੀ ਸੜਕਾਂ ਤੇ ਉਤਰਨ ਦਾ? ਟਿੱਟੂ ਬਾਣੀਆ ਸਾਡੇ ਨਾਲ ਨੇ, ਇਹਨਾਂ ਨੂੰ ਪੁੱਛ ਲੈਂਦੇ ਹਾਂ। ਟਿੱਟੂ ਬਾਣੀਆ ਜੀ, ਲਗਾਤਾਰ ਸੋਸ਼ਲ ਮੁੱਦਿਆਂ ਨੂੰ ਲੈ ਕੇ ਤੁਸੀਂ ਲੋਕਾਂ ਦੇ ਵਿੱਚ ਜਾਂਦੇ ਰਹੇ ਹੋ, ਅੱਜ ਢੋਲ ਟੈਂਪੂ ਦੇ ਉੱਤੇ ਚੜ੍ਹ ਕੇ ਮੁੱਲਾਪੁਰ ਦਾਖਾ ਦੀ ਸੜਕਾਂ ਤੇ ਵਿਚਰ ਰਹੇ ਹੋ, ਕਾਰਨ ਕੀ ਆ? ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਸੁੱਤੀਆਂ ਸਰਕਾਰਾਂ ਨੂੰ ਇੱਕ ਨਿੱਕੀ ਜੀ ਆਪਣਾ ਜਲੂਸ ਕੱਢ ਕੇ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਵਾਂ, ਕਿਉਂਕਿ ਸਰਕਾਰਾਂ ਸਾਡੀਆਂ ਸੁੱਤੀਆਂ ਪਈਆਂ ਨੇ। ਲੀਡਰ ਸਾਡਾ ਇਮਾਨਦਾਰੀ ਨਾਲ ਕੰਮ ਨਹੀਂ ਕਰਦਾ। ਸਾਡੀਆਂ ਸਰਕਾਰਾਂ ਕਹਿੰਦੀਆਂ ਨੇ ਪੈਸੇ ਦੀ ਕਮੀ ਆ, ਜੇਲ੍ਹਾਂ ਦੀ ਸੁਰੱਖਿਆ ਵਾਸਤੇ ਪੈਸੇ ਦੀ ਕਮੀ ਆ, ਸਾਡੇ ਸਿੱਖਿਆ ਸਕੂਲ ਵਾਸਤੇ ਪਰ ਜਿਹੜੇ ਸਰਕਾਰੀ ਸਕੂਲ ਆ ਉਹਨਾਂ ਵਾਸਤੇ ਪੈਸੇ ਦੀ ਕਮੀ ਆ, ਥਾਣਿਆਂ ਵਾਸਤੇ ਪੈਸੇ ਦੀ ਕਮੀ ਆ, ਡਾਕਟਰੀ ਸਹੂਲਤਾਂ ਨਹੀਂ ਮਿਲ ਰਹੀਆਂ ਆਮ ਬੰਦੇ ਨੂੰ, ਕਹਿੰਦੇ ਪੈਸੇ ਦੀ ਕਮੀ ਆ, ਪੈਸੇ ਦੀ ਕਮੀ ਆ। ਪਰ ਪੈਸੇ ਦੀ ਕਮੀ ਜਨਤਾ ਵਾਸਤੇ ਹੀ ਆ, ਲੀਡਰਾਂ ਵਾਸਤੇ ਕੋਈ ਵੀ ਪੈਸੇ ਦੀ ਕਮੀ ਨਹੀਂ ਆ। ਸਾਡੇ ਵਿਧਾਇਕ ਦੋ ਦੋ ਸਾਲਾਂ ਤੋਂ ਸਾਡੇ ਹਲਕੇ 'ਚ ਨਹੀਂ ਆ ਰਹੇ, ਉਹਨਾਂ ਨੇ 11 ਮਹੀਨੇ ਦਾ ਸਮਾਂ ਹੋ ਚੁੱਕਿਆ ਵਾ ਆਪਣਾ ਅਸਤੀਫਾ ਦਿੱਤੇ ਹੋਏ, ਪਰ ਉਸ ਤੋਂ ਬਾਅਦ ਵੀ ਨਾ ਤਾਂ ਵਿਧਾਨ ਸਭਾ ਸਪੀਕਰ ਅਸਤੀਫਾ ਮਨਜ਼ੂਰ ਕਰਦਾ ਵਾ ਅਤੇ ਨਾ ਹੀ ਉਹਨਾਂ ਨੂੰ ਸਾਡੇ ਹਲਕੇ ਵਿੱਚ ਭੇਜਦਾ ਵਾ। ਮੈਂ ਵਿਧਾਨ ਸਭਾ ਸਪੀਕਰ ਨੂੰ ਬੇਨਤੀ ਕਰਦਾ ਵਾ ਵੀ ਜਾਂ ਤਾਂ ਫੂਲਕਾ ਸਾਹਿਬ ਨੂੰ ਸਾਡੇ ਹਲਕੇ ਵਿੱਚ ਭੇਜੋ, ਕਿਉਂਕਿ ਸਾਡੀਆਂ ਸਮੱਸਿਆਵਾਂ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ, ਜਾਂ ਉਹਨਾਂ ਦੀਆਂ ਤਨਖਾਹਾਂ ਬੰਦ ਕੀਤੀਆਂ ਜਾਣ, ਉਹਨਾਂ ਦਾ ਪੱਤਾ ਜਿਹੜਾ ਸਰਕਾਰੀ ਜੋ ਵੀ ਉਹਨਾਂ ਨੂੰ ਫੰਡ ਮਿਲਦੇ ਆ ਉਹਨਾਂ ਨੂੰ ਬੰਦ ਕੀਤਾ ਜਾਵੇ। ਅੱਜ ਕਈ ਸਾਡੇ ਮੰਤਰੀ ਆ, ਜਿਵੇਂ ਆਸੂ ਜੀ ਦੀ ਮੈਂ ਗੱਲ ਕਰਦਾ ਹੁੰਦਾ, 10 ਮਿੰਟ ਮੁਲਾਜ਼ਮ ਲੇਟ ਆਵੇ ਤਾਂ ਮੰਤਰੀ ਸਾਹਿਬ ਦਾ ਗੁੱਸਾ ਭੜਕ ਜਾਂਦਾ ਵਾ, ਸੱਤਵੇਂ ਆਸਮਾਨ 'ਤੇ ਹੋ ਜਾਂਦਾ ਵਾ, ਸਾਰੇ ਸਾਹਮਣੇ ਇੱਕ ਸਰਕਾਰੀ ਮੁਲਾਜ਼ਮ ਦੀ ਬੇਇੱਜ਼ਤੀ ਕੀਤੀ ਜਾਂਦੀ ਆ। ਪਰ ਹੁਣ ਮੂੰਹ 'ਚ ਬੱਬਲ ਗੰਬਾ ਪਾ ਕੇ ਬੈਠੇ ਨੇ, ਕੋਈ ਨਹੀਂ ਕਹਿੰਦਾ ਵੀ 10 ਮਹੀਨੇ ਤੋਂ ਅਸਤੀਫਾ ਦਿੱਤਾ ਹੋਇਆ ਵਾ ਫੂਲਕਾ ਜੀ, ਯਾਨੀ ਕਹਿਣ ਦਾ ਭਾਵ ਵੀ ਉਹ ਨਹੀਂ ਆ ਰਹੇ ਗਰਾਂ। ਇਸ ਕਰਕੇ ਇੱਕ ਸਾਡੇ ਲਾਈਵ ਵੀਡੀਓ ਬਣਾ ਬਣਾ ਕੇ 5000 ਵਾਲੇ ਚੋਲ ਫੜਦੇ ਆ, 10000 ਵਾਲੇ ਫੜਦੇ ਆ, 20000 ਵਾਲੇ ਫੜਦੇ ਆ, ਮੈਂ ਉਹਨਾਂ ਦਾ ਦਿਲੋਂ ਫੈਨ ਆ, ਮੈਂ ਉਹਨਾਂ ਦਾ ਫੈਨ ਆ। ਮੈਂ ਉਹਨਾਂ ਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵਾਂ ਵੀ ਤੁਸੀਂ ਲਾਈਵ ਹੁੰਦੇ ਹੋ ਗਰਾਂ, ਇੱਕ ਇਸ ਮੁੱਦੇ 'ਤੇ ਵੀ ਲਾਈਵ ਹੋ ਕਿ ਸਾਡੇ ਹਲਕੇ ਤੱਕ ਦੇ MLA ਆਉਂਦੇ ਹੀ ਨਹੀਂ, ਕੰਮ ਨਹੀਂ ਕਰਦੇ, ਦੱਕਾ ਨਹੀਂ ਕਰਦੇ, ਆ ਕੇ ਤਨਖਾਹ ਲਈ ਜਾ ਰਹੇ ਨੇ ਗਰਾਂ। ਅੱਜ ਅਸੀਂ ਪੂਰੀ ਗਰਮੀ ਦੇ ਵਿੱਚ, ਤੁਹਾਨੂੰ ਕੀ ਲੱਗਦਾ ਕਿ ਫੂਲਕਾ ਸਾਹਿਬ ਵੱਲੋਂ 11 ਮਹੀਨੇ ਹੋ ਗਏ ਅਸਤੀਫਾ ਦਿੱਤੇ ਨੂੰ, ਪਰ ਜਿਹੜੇ ਭੱਤੇ ਨੇ ਤਨਖਾਹਾਂ ਨੇ ਉਹਨਾਂ ਨੂੰ ਮਿਲ ਰਹੀਆਂ ਨੇ, ਸਰਕਾਰ ਵੀ ਇਹਨਾਂ ਨੁਮਾਇੰਦਿਆਂ ਦੇ ਨਾਲ ਮਿਲੀ ਹੋਈ ਹੈ, ਜਾਣ ਕੇ ਉਹਨਾਂ ਦਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਾ ਰਿਹਾ? ਦੇਖੋ ਜੀ, ਸਰਕਾਰਾਂ ਦੀ ਗੱਲ ਕਰਦੇ ਹਾਂ, ਸਰਕਾਰ ਬਿਲਕੁਲ ਮਿਲੀ ਹੋਈ ਆ, ਉਹਦਾ ਕਾਰਨ ਆਹ ਵਾ ਉਹਨਾਂ ਨੂੰ ਪਤਾ ਵਾ ਵੀ ਕਾਂਗਰਸ ਦੀ ਛਵੀ ਖਰਾਬ ਆ, ਜੇ ਅਸੀਂ ਜਿਮਨੀ ਚੋਲਾ ਕਰਾਉਂਦੇ ਹਾਂ ਤਾਂ ਟੀਟੂ ਵਾਰੀਆਂ ਵਰਗੇ ਨੇ ਸਾਨੂੰ ਹਰਾ ਦੇਣਾ ਵਾ, ਇਸ ਕਰਕੇ ਉਹ ਡਰਦੀਆਂ ਨੇ ਗਰਾਂ, ਆਜ਼ਾਦ ਕੈਂਡੀਡੇਟਾਂ ਤੋਂ ਡਰਦੀਆਂ ਨੇ। ਉਹਨਾਂ ਨੂੰ ਪਤਾ ਵਾ ਵੀ ਅਸੀਂ ਇੰਨਾ ਸਮਾਂ ਹੋ ਗਏ ਆਏ ਆ ਭਈ ਅਸੀਂ ਕੱਖ ਨਹੀਂ ਕਰ ਸਕੇ, ਕਾਨੂੰਨ ਵਿਵਸਥਾ ਸਾਰੀ ਖਰਾਬ ਹੋ ਚੁੱਕੀ ਆ, ਇੱਥੇ ਥਾਣਿਆਂ ਵਿੱਚ ਕੋਈ ਕੰਮ ਨਹੀਂ ਹੁੰਦੇ, ਆ ਸਾਡੇ ਬਜ਼ੁਰਗ ਨੇ ਆ ਗੇੜੇ ਕੱਢ ਕੱਢ ਕੇ ਯਾਨੀ ਜਾਂਦੇ, ਕੋਈ ਇਨਸਾਫ ਨਹੀਂ ਹੁੰਦਾ। ਮੈਂ ਬੇਨਤੀ ਕਰਦਾ ਵਾਂ ਵੀ ਜਿਹੜੀ ਲੋਕਾਂ ਦੀ ਸਮੱਸਿਆਵਾਂ ਨੂੰ ਮੁੱਖ ਰੱਖਿਆ ਜਾਵੇ ਤਾਂ ਜੋ ਸਾਡੇ ਯਾਨੀ ਸ਼ਹਿਰ ਦਾ ਵਿਕਾਸ ਹੋ ਸਕੇ। ਅੱਜ ਦਾ ਜਿਹੜਾ ਚੱਲਦਾ ਫਿਰਦਾ ਜਿਹੜਾ ਧਰਨਾ ਦੇ ਰਹੇ ਹੋ, ਫੂਲਕਾ ਸਾਹਿਬ ਨੂੰ ਲੱਭਣ ਦੀ ਗੱਲ ਕੀਤੀ ਜਾ ਰਹੀ ਆ, ਕੀ ਰੂਪ ਰੇਖਾ ਰਹੇਗੀ ਅੱਜ ਦੇ ਧਰਨੇ ਦੀ? ਦੇਖੋ ਜੀ, ਮੈਂ ਤਾਂ ਇੱਕ ਨਿੱਕਾ ਜਿਹਾ ਬੰਦਾ ਵਾਂ, ਮੈਂ ਤਾਂ ਆਪਣੇ ਆਪ ਨੂੰ ਖਰਗੋਸ਼ ਮੰਨਦਾ ਵਾਂ, ਮੇਰਾ ਜਿਹੜਾ ਮੁਕਾਬਲਾ ਬੱਬਰ ਸ਼ੇਰਾਂ ਨਾਲ, ਮੈਂ ਤਾਂ ਇਹਨਾਂ ਨੂੰ ਜਗਾ ਹੀ ਸਕਦਾ ਵਾਂ, ਜੇ ਜਾਗਣਗੇ ਠੀਕ ਆ, ਨਹੀਂ ਜਾਗਣਗੇ ਆਉਣ ਵੇਲੇ ਇਹਨਾਂ ਦੀ ਸਰਕਾਰ ਨਹੀਂ ਆਉਣੀ ਗੀ, ਇਹ ਫਿਰ ਕੋਈ ਤੀਜਾ ਫਰੰਟ ਆਊਗਾ, ਇਸ ਕਰਕੇ ਮੈਂ ਕੁਛ ਨਹੀਂ ਕਰ ਸਕਦਾ। ਮੈਂ ਤਾਂ ਆਪਣਾ ਜਲੂਸ ਕੱਢ ਕੇ ਸਰਕਾਰਾਂ ਨੂੰ ਜਗਾ ਸਕਦਾ ਵਾਂ, ਬਸ ਮੇਰੇ ਕੋਈ ਹੋਰ ਪਾਵਰ ਮੇਰੇ ਕੋਲ ਕੋਈ ਹੈ ਨਹੀਂ। ਜੀ ਬਿਲਕੁਲ, ਇਹ ਸੀਗੇ ਟਿੱਟੂ ਬਾਣੀਆਂ ਤਸਵੀਰਾਂ, ਤੁਸੀਂ ਦੇਖ ਸਕਦੇ ਹੋ ਕਿ ਟੈਂਪੂ ਦੇ ਸਵਾਰ ਹੋ ਕੇ ਜਿਹੜੇ ਵਾਰੀ ਮੁੱਲਾਪੁਰ ਦਾਖਾ ਦੀ ਸੜਕਾਂ ਦੇ ਉਤਰੇ ਨੇ। ਕਾਰਨ ਇਹ ਦੱਸਿਆ ਜਾ ਰਿਹਾ ਕਿ ਕਈ ਮਹੀਨਿਆਂ ਤੋਂ ਲਾਪਤਾ ਫੂਲਕਾ ਸਾਹਿਬ ਨੂੰ ਲੱਭਣ ਚੱਲੇ ਟਿੱਟੂ ਬਾਣੀਆਂ ਟੈਂਪੂ 'ਤੇ। ਉਹਨਾਂ ਦਾ ਕਹਿਣਾ ਕਿ 11 ਮਹੀਨੇ ਹੋ ਗਏ ਫੂਲਕਾ ਸਾਹਿਬ ਨੂੰ ਆਪਣੇ ਵਿਧਾਇਕੀ ਤੋਂ ਅਸਤੀਫਾ ਦਿੱਤੇ, ਪਰ ਸਰਕਾਰ ਉਹਨਾਂ ਦਾ ਜਿਹੜਾ ਅਸਤੀਫਾ ਮਨਜ਼ੂਰ ਨਹੀਂ ਕਰ ਰਹੀ, ਅਤੇ ਦੂਜੇ ਪਾਸੇ ਲਗਾਤਾਰ ਜਿਹੜੇ ਆ ਮੁੱਲਾਪੁਰ ਦਾਖਾ ਦੀ ਜਿਹੜੀਆਂ ਹੈਗੀਆਂ ਸਮੱਸਿਆਵਾਂ ਵੱਧ ਰਹੀਆਂ ਨੇ, ਇੱਕ ਵੱਡਾ ਕਟਾਕਸ਼ ਸਰਕਾਰ ਦੇ ਉੱਤੇ ਵੀ ਕੀਤਾ ਜਾ ਰਿਹਾ, ਅਤੇ ਦੂਜੇ ਪਾਸੇ ਫੂਲਕਾ ਸਾਹਿਬ ਜਿਹੜੇ ਚੁਣ ਕੇ ਭੇਜੇ ਸੀਗੇ ਮੁੱਲਾਪੁਰ ਦਾਖਾ ਦੀ ਜਨਤਾ ਵੱਲੋਂ, ਉਹਨਾਂ ਨੂੰ ਵੀ ਧੋਖਾ ਦਿੱਤਾ ਜਾ ਰਿਹਾ ਵਾ ਫੂਲਕਾ ਸਾਹਿਬ ਵੱਲੋਂ। ਇਹ ਟਿੱਟੂ ਬਾਣੀਆਂ ਦਾ ਕਹਿਣਾ, ਸਰਕਾਰ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਲਗਾਤਾਰ ਕਿਹਾ ਜਾ ਰਿਹਾ ਕਿ ਟਿੱਟੂ ਬਾਣੀਆਂ ਆਪਣੇ ਸਟਾਈਲ ਦੇ ਨਾਲ ਸਰਕਾਰਾਂ ਨੂੰ ਜਗਾਉਂਦਾ ਰਹੇਗਾ ਚਾਹੇ ਮੁੱਦਾ ਕੋਈ ਵੀ ਹੋਵੇ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਤਾ, ਦੈਨਿਕ ਸਵੇਰਾ TV, ਮੁੱਲਾਪੁਰ ਦਾਖਾ।